ਦੇਖ ਲੈ ਦੂਜਾ ਕਿੰਨੇ ਦਾ ਹੋਏਗਾ ਇੰਟਰਵਿਊ? ਮੈਂ ਪੈਸੇ ਦੇ ਦਿੰਦਾ ਤੁਹਾਨੂੰ ਪਤਾ, ਕਿੰਨੇ ਦਾ ਹੋਏਗਾ? 900 ਦਾ ਹੋਏਗਾ ਜੀ। ਇੱਕ ਮਿੰਟ ਗੱਲ ਸੁਣ ਮੇਰੀ, ਉਹ ਰਿਹਾ ਓਏ। ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਹੁਣ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਦੋਂ ਇੱਕ ਚੋਰ ਗਿਫਟ ਲੈਣ ਦੇ ਬਹਾਨੇ ਇੱਕ ਦੁਕਾਨ ਦੇ ਵਿੱਚ ਵੜਿਆ ਤੇ ਦੁਕਾਨਦਾਰ ਦਾ ਮੋਬਾਈਲ ਫੋਨ ਹੀ ਚੋਰੀ ਕਰਕੇ ਫਰਾਰ ਹੋ ਗਿਆ। ਚੋਰੀ ਦੀ ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ, ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਚੋਰ ਪਹਿਲਾਂ ਦੁਕਾਨ ਦੇ ਅੰਦਰ ਵੜਦਾ ਹੈ ਤੇ ਦੁਕਾਨਦਾਰ ਤੋਂ ਗਿਫਟ ਦਿਖਾਉਣ ਦੀ ਮੰਗ ਕਰਦਾ ਹੈ ਤੇ ਜਦੋਂ ਦੁਕਾਨਦਾਰ ਇਸ ਨੂੰ ਕੁਝ ਸਮਾਨ ਦਿਖਾ ਰਿਹਾ ਹੁੰਦਾ ਹੈ ਤਾਂ ਇਹ ਆਲੇ ਦੁਆਲੇ ਵੇਖਦਾ ਹੈ ਤੇ ਇਸ ਦੀ ਨਜ਼ਰ ਦੁਕਾਨ 'ਚ ਪਏ ਇੱਕ ਮੋਬਾਈਲ ਫੋਨ ਤੇ ਪੈ ਜਾਂਦੀ ਹੈ ਅਤੇ ਜਿਵੇਂ ਹੀ ਇਸ ਨੂੰ ਮੌਕਾ ਮਿਲਦਾ ਹੈ ਤਾਂ ਇਹ ਮੋਬਾਈਲ ਫੋਨ ਫਟਾਫਟ ਚੁੱਕਦਾ ਹੈ ਤੇ ਆਪਣੀ ਜੇਬ ਦੇ ਵਿੱਚ ਪਾ ਦਿੰਦਾ ਹੈ ਤੇ ਉੱਥੋਂ ਬਹਾਨਾ ਮਾਰ ਕੇ ਫਰਾਰ ਹੋ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਉਹ ਚੋਰ ਦੇ ਪਿੱਛੇ ਭੱਜਦਾ ਨਜ਼ਰ ਆਉਂਦਾ ਹੈ ਪਰ ਇਹ ਚੋਰ ਉੱਥੋਂ ਫਰਾਰ ਹੋ ਜਾਂਦਾ ਹੈ। ਇਹ ਵਾਰਦਾਤ ਨਾਭਾ ਦੇ ਬੋੜਾ ਗੇਟ ਦੇ ਨਜ਼ਦੀਕ ਇੱਕ ਗਿਫਟ ਹਾਊਸ ਤੋਂ ਸਾਹਮਣੇ ਆਈ ਹੈ ਜਦੋਂ ਇਹ ਚੋਰ ਦੁਕਾਨਦਾਰ ਦਾ ਮੋਬਾਈਲ ਚੁੱਕ ਕੇ ਫਰਾਰ ਹੋ ਜਾਂਦਾ ਹੈ। ਜਾਣਕਾਰੀ ਮੁਤਾਬਕ ਦੁਕਾਨਦਾਰ ਨੇ ਆਪਣਾ ਮੋਬਾਈਲ ਕਿਸ਼ਤਾਂ ਤੇ ਲਿਆ ਹੋਇਆ ਸੀ ਜਿਸ ਦੀਆਂ ਕਿਸ਼ਤਾਂ ਵੀ ਅਜੇ ਬਾਕੀ ਸਨ। ਇਸ ਮੌਕੇ ਪੀੜਤ ਦੁਕਾਨਦਾਰ ਦੇ ਬੇਟੇ ਨੇ ਕਿਹਾ ਕਿ ਉਸਦੇ ਪਿਤਾ ਰਾਤ ਨੂੰ 8 ਵਜੇ ਦੇ ਕਰੀਬ ਦੁਕਾਨ ਦੇ ਵਿੱਚ ਸਨ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਦੋਵਾਂ ਵਿੱਚੋਂ ਇੱਕ ਜਣਾ ਦੁਕਾਨ ਦੇ ਅੰਦਰ ਆਇਆ ਤੇ ਦੂਜਾ ਮੋਟਰਸਾਈਕਲ ਤੇ ਹੀ ਬਾਹਰ ਖੜਾ ਰਿਹਾ, ਜਿਸ ਵੱਲੋਂ ਉਸਦੇ ਪਿਤਾ ਦਾ ਫੋਨ ਚੋਰੀ ਕੀਤਾ ਗਿਆ। ਹਾਲਾਂਕਿ ਉਸਦੇ ਪਿਤਾ ਨੂੰ ਨਾਲ ਦੀ ਨਾਲ ਹੀ ਪਤਾ ਲੱਗ ਗਿਆ ਜਦੋਂ ਇਹ ਚੋਰ ਮੋਬਾਈਲ ਚੁੱਕ ਕੇ ਫਰਾਰ ਹੋਇਆ ਅਤੇ ਉਸਦੇ ਪਿਤਾ ਨੇ ਰੋਲਾ ਪਾਇਆ ਅਤੇ ਉਸਦੇ ਪਿੱਛੇ ਭੱਜਿਆ ਅਤੇ ਨਾਲ ਦੀਆਂ ਦੁਕਾਨਾਂ ਵਾਲੇ ਵੀ ਬਾਹਰ ਨਿਕਲੇ, ਪਰ ਇਹਨੇ ਨੂੰ ਇਹ ਦੋਵੇਂ ਚੋਰ ਮੋਟਰਸਾਈਕਲ ਤੇ ਫਰਾਰ ਹੋ ਚੁੱਕੇ ਸਨ। ਇਸ ਮੌਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦਾ ਚੋਰੀ ਹੋਇਆ ਮੋਬਾਈਲ ਫੋਨ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਲੱਭ ਕੇ ਦੇਵੇ। ਇਹ ਘਟਨਾ ਜੀ ਕਰੀਬ 8:15 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਪਹਿਲੀ ਗੱਲ ਤਾਂ। ਦੂਜੀ ਗੱਲ ਆਪਣੀ ਇਹ ਹੈ ਕਿ ਇਹ ਜਿਹੜਾ ਫੋਨ ਚੋਰੀ ਹੋਇਆ ਪੰਜਾਬ ਕੇਬਲ ਬੋੜਾ ਗੇਟ ਦੀ ਮਾਰਕੀਟ, ਜਿਹੜਾ ਬੋੜਾ ਗੇਟ ਗੁਰਦੁਆਰਾ ਸਾਹਿਬ ਹੈਗਾ ਉਸ ਤੋਂ ਦੋ ਦੁਕਾਨਾਂ ਪਹਿਲਾਂ ਸਾਡੀ ਦੁਕਾਨ ਹੈ ਪੰਜਾਬ ਕੇਬਲ, ਜਿਹਦਾ ਕਿ ਨਾਮ ਨਿਊ ਪੰਜਾਬ ਕੁਕਰੀਨ ਗਿਫਟ ਆਈਟਮਸ ਹੈ। ਬੰਦਾ ਪੰਜਾਬੀ ਸੀਗਾ, ਸਿਰ ਟੋਪੀ ਪਾਈ ਹੋਈ ਹੈ ਬੰਦੇ ਨੇ ਅਤੇ ਸਫੇਦ ਰੰਗ ਦੀ ਜਿਹੜੀ ਹੈਗੀ ਟੀ ਸ਼ਰਟ ਪਾਈ ਹੋਈ ਉਹਨੇ। ਅੰਦਰ ਆਉਂਦਾ ਅਤੇ ਜਿਹੜਾ ਆਹਵਲਾ ਕਾਊਂਟਰ ਹੈ ਇਹਨਾਂ ਦਾ, ਕਾਊਂਟਰ ਅੰਦਰ ਐਵੇਂ ਵੜ ਕੇ ਅਤੇ ਟੀਫਨ ਟੁਫਨ ਦੇ ਬਹਾਨੇ ਨੇ ਟੀਫਨ ਲੈਣੇ ਉਹਨੇ। ਟੀਫਨ ਜਦੋਂ ਦੇਖ ਪਾਪਾ ਦਿਖਾਉਂਦੇ ਟੀਫਨ ਉਹਨੂੰ, ਪਾਪਾ ਸੀਗੇ ਦੁਕਾਨ 'ਤੇ ਮੇਰੇ, ਟੀਫਨ ਦਿਖਾਉਂਦੇ ਨੇ ਅਤੇ ਉਹ ਕਹਿੰਦੇ ਉੱਪਰ ਟੀਫਨ ਦਿਖਾਓ ਮੈਨੂੰ। ਜਦ ਦਿਖਾਉਣ ਲੱਗਦੇ ਨੇ ਉਹ ਫੋਨ ਚੱਕ ਕੇ ਕਾਊਂਟਰ ਦੀ ਦਰਾਜ਼ ਦੇ ਵਿੱਚੋਂ ਸਿੱਧਾ ਨੇ ਪਿਛਲੀ ਜੇਬ 'ਚ ਪਾ ਲੈਂਦਾ ਅਤੇ ਜਦੋਂ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ ਇੱਕਦਮ ਪਾਪਾ ਦੇ ਅੱਗੇ ਆ ਕੇ ਖੜ ਜਾਂਦੇ ਨੇ ਕਿ ਪਾਪਾ ਟੀਫਨ ਨੀਚੇ ਉਤਾਰ ਰਹੇ ਹੁੰਦੇ ਨਾ ਕਰਕੇ। ਅਤੇ ਜਦੋਂ ਪਾਪਾ ਫਿਰ ਤੋਂ ਜਦੋਂ ਕਹਿੰਦਾ ਅੰਕਲ ਮੈਂ ਬਾਅਦ 'ਚ ਆਉਣਾ ਕਿਉਂਕਿ ਫੋਨ ਜੇਬ 'ਚ ਪਾ ਲਿਆ, ਸਾਡੇ ਆਪਣੀ ਕਾਰਵਾਈ ਕਰ ਲਈ ਸੀਗੀ। ਅਤੇ ਜਦੋਂ ਹੀ ਮਤਲਬ ਨਿਕਲਣ ਲੱਗਦਾ ਪਾਪਾ ਕਹਿੰਦਾ ਕਿ ਅੰਕਲ ਜੀ ਮੈਂ ਆਉਣਾ ਮੈਂ ਪੈਸੇ ਲੈ ਕੇ ਆਉਣਾ, ਅਤੇ ਦੋ ਬੰਦੇ ਸੀਗੇ, ਇੱਕ ਬੰਦਾ ਬਾਹਰ ਖੜਾ ਸੀ ਆਪਣੇ ਸਕੂਟਰ ਮੋਟਰਸਾਈਕਲ ਜੋ ਵੀ ਉਹਦੇ ਕੋਲ ਸੀਗਾ ਲੈ ਕੇ, ਉਹ ਬੰਦਾ ਮਤਲਬ ਆਪਣਾ ਬਾਈਕ ਦਾ ਜੋ ਵੀ ਸੀਗਾ ਉਹ ਬਾਹਰ ਖੜ ਕੇ ਖੜਾ ਸੀਗਾ, ਮਤਲਬ ਸਟਾਰਟ ਕਰਕੇ ਕਿ ਬਸ ਹੁਣ ਭੱਜੀ ਅਸੀਂ। ਅਤੇ ਇੱਧਰੋਂ ਪਾਪਾ ਨੇ ਚੈੱਕ ਕੀਤਾ ਇੱਕਦਮ, ਉਸ ਸੈਕਿੰਡ ਪਾਪਾ ਨੇ ਚੈੱਕ ਕੀਤਾ ਕਿ ਫੋਨ ਹੈ ਨਹੀਂ ਹੈ, ਪਾਪਾ ਪਿੱਛੇ ਭੱਜੇ ਨੇ, ਪੂਰੀ ਮਾਰਕੀਟ ਉਹਦੇ ਪਿੱਛੇ ਭੱਜੀ ਹੈ, ਪਰ ਹਲ ਤੱਕ ਬਣਿਆ ਕੁਛ ਵੀ ਨਹੀਂ ਹੈਗਾ। ਦੂਜੇ ਦਾ ਹੋਲੀਆ ਪਤਾ ਨਹੀਂ ਹੈਗਾ ਜੀ, ਉਹ ਪਾਪਾ ਨੂੰ ਪਤਾ, ਪਰ ਇੰਨਾ ਕਿ ਦੋ ਬੰਦੇ ਸੀਗੇ, ਇੱਕ ਬੰਦੇ ਨੇ ਆਪਣਾ ਬਾਈਕ ਮੋਟਰਸਾਈਕਲ ਜੋ ਵੀ ਕੋਲ ਸੀਗਾ ਉਹਨੇ ਕੀਤਾ ਸੀ ਸਟਾਰਟ ਕੀਤਾ ਭੱਜਣਾ ਇੱਕ ਵਾਰੀ, ਇਹ ਰਾਤ ਦੀ ਗੱਲ ਹੈ ਜੀ। ਅੱਛਾ, ਹਾਂਜੀ ਰਾਤ ਦੀ ਕੀ ਮੰਗ ਕਰਦੇ ਹੋ ਜੀ? ਹੁਣ ਮੰਗ ਅਸੀਂ ਇਹ ਕਰਦੇ ਹਾਂ ਕਿ ਪਹਿਲੀ ਗੱਲ ਤਾਂ ਸਾਡਾ ਫੋਨ ਲੱਭਿਆ ਜਾਵੇ, ਘਟਨਾ ਨਾਭੇ ਦੀ ਹੈ, ਬੰਦਾ ਪੰਜਾਬੀ ਸੀਗਾ,
ਪਰ ਜੇ ਫੋਨ ਕਿਸੇ ਨੂੰ ਮਿਲਦਾ ਸਾਨੂੰ ਸੁਚੇਤ ਕਰੋ, ਪਹਿਲੀ ਗੱਲ ਤਾਂ ਇਹੀ ਹੈ। ਦੂਜੀ ਗੱਲ, ਅਸੀਂ ਹੋਰਾਂ ਨੂੰ ਜਿਹੜਾ ਹੈਗਾ ਹੋਰ ਜਿਹੜੇ ਆਪਣੀ ਹੋਰ ਜਿਹੜੀ ਮੰਦੀ ਮਾਰਕੀਟ ਹੈਗੀ ਹੈ ਕਰਨਾ ਚਾਹਾਂਗੇ ਵੀ ਆਪਣਾ ਧਿਆਨ ਨਾਲ ਰਹੋ ਕਿ ਅੱਜ ਕੱਲ੍ਹ ਚੋਰੀ ਚਕਾਰੀ ਬਹੁਤ ਵੱਧ ਰਹੀ ਹੈ। ਕਿਹੜਾ ਫੋਨ ਸੀਗਾ, ਕਿੰਨੇ ਦਾ ਸੀ? ਫੋਨ ਸੀਗਾ ਜੀ MI 12 5G ਦਾ ਫੋਨ ਸੀ, 5G ਫੋਨ ਸੀਗਾ। ਪਿੱਛੇ ਜਿਹੜਾ ਉਹਦਾ ਬੈਕ ਕਵਰ ਸੀ ਸੂਰਮੀ ਰੰਗ ਦਾ ਬੈਕ ਕਵਰ ਸੀਗਾ, ਤੇ ਆਈਫੋਨ ਸਾਈਜ਼ ਉਹਦੇ ਪਿਛਲੇ ਜਿਹੜੇ ਕੈਮਰੇ ਸੀ ਆਈਫੋਨ ਸਾਈਜ਼ ਸੀਗੇ। ਕੀਮਤ ਕਿੰਨੀ ਸੀ? ਹਾਂਜੀ, ਕੀਮਤ ਕਿੰਨੀ ਸੀ? 12,000 ਕੀਮਤ ਸੀ।